ਵਾ ਗੱਲਾਂ ਛੱਡਦੇ ਹੋਈ ਹਵਾ ਕੋਲ ਦੇਸੀ ਗੇਟ ਆ ਗਿਆ ਵੀ ਰਸਤਾ ਦੇਖੀ ਧਿਆਨ ਬਹੁਤ ਠੰਡ ਆ ਪਿੰਡਾਂ ਦੀ ਸੈਰ ਦੇਖੋ ਪਿੰਡਾਂ ਦੀ ਸੈਰ ਹੋਏ ਹੋਏ ਆ ਗਿਆ ਜੱਬੋਵਾਲ ਆ ਜੱਬੋਵਾਲ ਆ ਗਿਆ ਜੱਬੋਵਾਲ ਤੋਂ ਬਾਹਰ ਗੇਟ ਆਉਣਾ ਹਾਂਜੀ ਮਹਾਰਾਜ ਗੁਰਦੁਆਰਾ ਸਾਹਿਬ ਉਹਦੇ ਭਗਤਾਂ ਵਾਲੀ ਕੋਠੀ ਕਿੰਨੀ ਵਧੀਆ ਉਹ ਭਗਤ ਬਣਾਇਆ ਕਿਸੇ ਨੇ ਕੋਠੀ ਦੀ ਜਾਂਦੇ ਹੌਲੀ ਹੌਲੀ ਹਾਏ 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 ਠੰਡ ਲੱਗਦੀ ਹੱਥਾਂ ਨੂੰ ਇਹਨਾਂ ਨੂੰ ਵਧੀਆ ਬੰਦੀ ਹੱਥਾਂ ਸ਼ੀਸ਼ੇ ਲੱਗੇ ਹੋ ਪਿੰਡ 'ਚ ਮੈਂ ਜੱਬੋਵਾਲ ਦੇ ਜੱਬੋਵਾਲ ਤੋਂ ਸੜਕ ਆ ਲੋਕੀ ਧੂਣੀਆਂ ਲਾ ਕੇ ਬੈਠੇ ਆ ਠੰਡ 'ਚ ਆਏ ਹਾਏ ਹਾਏ ਸਹੁਰਿਆਂ ਨੂੰ ਚੱਲਿਆ ਜੀ ਲੱਡੂ ਦੇਣ ਮੈਂ ਤਾਂ ਮੇਰਾ ਭਾਣਜਾ ਆ ਬਾਬਾ ਚੱਕੀ ਫਿਰਦਾ ਕੁਹਾੜਾ ਬਾਕੀ ਅੱਗੇ ਵੀ ਬਣਾਉਂਦੇ ਆ ਵੀਡੀਓ ਜੱਬੋਵਾਲ ਆ ਗਿਆ ਠੰਡ ਬਹੁਤ ਲੱਗਦੀ ਆ ਉਹਦੇ ਧੂਣੀ ਲਾ ਕੇ ਬੈਠੇ ਬਾਬੇ ਹਾਏ 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 ਗੁਰੂ ਘਰ ਆ ਗਿਆ ਆਪਣਾ ਆ ਗੁਰੂ ਘਰ ਦਾ ਮਹਾਰਾਜ ਔਰ ਟਰਾਲੀ ਆ ਗਿਆ ਗੰਨਿਆਂ ਦੀ ਇੱਥੇ ਵੀਡੀਓ ਪੋਜ ਕਰ ਦਿੰਦਾ ਮੈਂ ਮੇਰੇ ਹੱਥ ਠਰਦੇ ਆ ਬਾਕੀ ਗਾਂਹ ਦੀ ਜਾਣਕਾਰੀ ਆਪਾਂ ਅੱਗੇ ਜਾ ਕੇ ਦੇਵਾਂਗੇ ਕੱਢਦੇ ਅੱਗੇ ਨੂੰ ਕਰ ਕੇ ਤੈਨੂੰ ਸਾਈਡ 'ਤੇ ਲਾ ਲਾ ਗੰਨੇ ਟਰਾਲੀ ਆਦੀ ਸਾਈਡ 'ਤੇ ਲਾ ਲਾ ਗੰਨਾ ਖਿੱਚ ਲਾ ਗੰਨਾ ਖਿੱਚ ਲਾ ਚੱਲ ਚੱਲ ਆਪਣਾ ਜੱਬੋਵਾਲ ਸ਼ੀਸ਼ੇ ਲੱਗੇ ਆ ਜੱਬੋਵਾਲ 'ਚ ਗਮਲੇ ਪਏ ਆ ਉਹਦੇ ਜੱਬੋਵਾਲ ਬਹੁਤ ਵਧੀਆ ਬਣਾਇਆ ਪਿੰਡ ਪਰ ਹੁਣ ਆ ਸੜਕਾਂ ਸੁੜਕਾਂ ਨਾਲੀਆਂ ਬੋਲ ਵੀ ਨਹੀਂ ਹੁੰਦਾ ਭਰਾਵਾ ਠੰਡ 'ਚ ਬੋਲ ਵੀ ਨਹੀਂ ਹੁੰਦਾ ਉਹ ਠੰਡ ਬਹੁਤ ਆ ਨਜ਼ਾਰੇ ਬੜੇ ਠੰਡ ਦੇ ਬਾਹਰ ਵਾਲੇ ਉਹ ਠੰਡ ਬਹੁਤ ਪੈਂਦੀ ਆ ਨਹਿਰ ਆ ਗਈ ਆ ਮੈਂ ਕਹਿੰਦਾ ਵੀ ਯਾਰ ਨਹਿਰ 'ਚ ਨਹਾ ਕੇ ਦਿਖਾਓ ਜਿਹੜਾ ਠੰਡ 'ਚ ਫਿਰ ਲੱਗੂ ਪਤਾ ਬਾਹੂਬਲੀ ਕਿਹੜਾ ਬਾਹੂਬਲੀ ਹੈ ਆ ਬਾਬਾ ਲੈ ਵੇ ਬਾਬਾ ਬਾਬਾ ਜੀ ਸਿਰ 'ਤੇ ਕੰਬਲੀ ਰੱਖ ਕੇ ਆਇਓ ਪਤਾ ਨਹੀਂ ਧੰਨਵਾਦ ਜੀ ਜੱਬੋਵਾਲ ਆਉਣ ਲਈ ਨਹਿਰ ਸੁੱਕ ਗਈ ਆ ਪਾਣੀ ਹੈ ਨਹੀਂ ਕਹਿੰਦੇ ਹੁਣ ਠੰਡ 'ਚ ਪਾਣੀ ਵੀ ਭੇਜਣਾ ਲੋ ਨਿਆਣੇ ਨਹਾ ਨਹਾ ਕੇ ਜੁੜ ਜੁੜ ਕੇ ਮੈਂ ਜੋ ਜੁੜ ਜਾਣੇ ਸਾਰੇ ਠੰਡ ਨਾਲ ਸੋਰੀ ਗਾਲ ਨਿਕਲਿਆ ਜੀ ਮੁਝੋ ਕਮਾਦ ਆ ਗਿਆ ਕਮਾਦ ਕਮਾਚੋ ਆਉਣਾ ਕੰਮ ਆ ਚਾੜ ਦੇ ਗੱਡੀ ਦਿੱਤੀ ਬੇ ਪੰਜਾਬ ਦੇ ਨਜ਼ਾਰੇ ਇਹੀ ਆ ਬਸ ਨਜ਼ਾਰੇ ਪੰਜਾਬ 'ਚ ਨਜ਼ਾਰੇ ਨਜ਼ਾਰੇ ਆ ਬਸ ਇੱਦਾਂ ਬੰਦਾ ਘੁੰਮਦਾ ਫਿਰਦਾ ਜਾਂ ਰਹਿੰਦਾ ਆ ਕੰਮਾਂ ਕਾਰਾਂ ਦੇ ਵਿੱਚੋਂ ਕਈ ਵੇਲੇ ਜਦੋਂ ਇੱਦਾਂ ਆਉਣਾ ਪੈਂਦਾ ਨਾ ਇੱਧਰ ਬਾਹਰ ਅੰਦਰ ਬੰਦਾ ਫਿਰ ਬੜਾ ਇੰਜੋਏ ਜਿਹਾ ਆਉਡੀ ਕੇ ਮੰਨਦਾ ਆਪਣੀ ਨੂੰ ਪੰਜਾਬ ਦੇ ਵਿੱਚ ਬਹੁਤ ਵਧੀਆ ਲੱਗਦਾ ਖੇਡ ਦੇਖੋ ਹਾਏ ਹਾਏ ਖੇਡ ਦੇਖ
ਰੇਲ ਉਤਰੀਆਂ ਜ਼ਮੀਨਾਂ ਪੰਜਾਬ ਦੀਆਂ ਆਪਣੇ ਦੀਆਂ ਗੋਲੀਆਂ ਨਾਲ ਆ ਗਿਆ ਕਾਂਬਾ ਬਸ ਕਾਂਬੇ ਤੋਂ ਡਰਾਈਵਰ ਚੇਂਜ ਹੋ ਜਾਣਾ ਹੁਣ ਉਹ ਵੀ ਚੱਲ ਜੂਗਾ ਪਿੱਛੇ ਮੈਂ ਜੂਗਾ ਉਹਦੇ ਕਾਂਬਾ ਸਿੰਘ ਆ ਗਿਆ ਜੀ ਮਲ ਪੜਕਣਾ ਆ ਮਲ ਪੜਕਣਾ ਉਹ ਠੰਡ ਲੱਗ ਗਈ ਉਹ ਤੁਹਾਡੀ ਉਹ ਹੱਥ ਦੇਖੋ ਬਰਫੇ ਬਣ ਗਿਆ ਮੇਰਾ ਬਰਫ ਓ ਮਾਈ ਗੋਡ ਓਹੋ ਠੰਡ ਕਿੰਨੀ ਹਵਾ ਗੋਡ ਉਹ ਭਰਾਵਾ ਮੇਰੇ ਤੋਂ ਮੋਬਾਈਲ ਨਹੀਂ ਫੜ ਹੁੰਦਾ ਠੰਡ ਦੇ ਉਹ ਤੁਹਾਡੀ ਗਈ ਆ ਹੱਥ ਦੇ ਬਰਫ ਜੰਮ ਗਈ ਆ ਓਏ ਹੱਥ ਦੇ ਬਰਫ ਜੰਮ ਗਈ ਆ ਓਏ ਉਹ ਹੱਥ ਦੇ ਬਰਫ ਜੰਮ ਗਈ ਉਹ ਹੱਥ ਦੇ ਬਰਫ ਜੰਮ ਗਈ ਆ ਬਈ ਸਰੋਂ ਜੰਮਦੀ ਦੇਖੀ ਸੀ ਅੱਜ ਹੱਥਾਂ ਦੇ ਬਰਫ ਵੀ ਜੰਮ ਗਈ ਆ ਬਈ ਆ ਗਿਆ ਜੀ ਆ ਕਾਂਬੇ ਵਾਲਾ ਠੇਕਾ ਚੁਰਸਤੇ ਦੇ ਵਿੱਚ ਜਿਹੜਾ ਬਣਿਆ ਆ ਜਿੱਥੇ ਪੀਂਦੇ ਹੁੰਦੇ ਆ ਦਾਰੂ ਏਦਾਂ ਨੀ ਠੰਡ ਦੇ ਵਿੱਚ ਚੱਲਣ ਦੇ ਦਾਰੂ ਉਦੋਂ ਪੈਗ ਲਾ ਕੇ ਜਾਣਾ ਵਿਆ ਰੰਬ ਦੇ ਇਹ ਜਾਂਦੀਆਂ ਸਕੂਟਰੀਆਂ ਮੋਟਰਸਾਈਕਲ ਗੱਡੀਆਂ ਗੁੱਡੀਆਂ ਵਾਲਿਆਂ ਨੂੰ ਤਾਂ ਮੋਜਾ ਸਾਡੇ ਵਰਗੇ ਗਰੀਬਾਂ ਕੋਲ ਗੱਡੀ ਹੈ ਨਹੀਂ ਹਲੇ ਲੈਣੀ ਆ ਗੱਡੀ ਹੁਣ ਆ ਗਿਆ ਜੀ ਠੇਕਾ ਸ਼ਰਾਬ ਦੇਸੀ ਗਰਮਾ ਗਰਮ ਚੁਰਸਤਾ ਆ ਗਿਆ ਇੱਧਰ ਇੱਧਰ ਵੀ ਦੇਖ ਲਈ ਹਾਂ ਗੱਲ ਹੀ ਆ ਕਾਮਾ ਬੰਗਾ ਬੈਸ ਕਰੀਹਾ ਟੱਪ ਜਾ ਕੇ ਆਪਾਂ ਕਾਮੇ ਨੂੰ ਵੇਖ ਕੇ ਜਾਂਦਾ ਕਰੀਹੇ ਨੂੰ ਆ ਜਾਂਦੀ ਰਾਏ ਸਾਹਿਬ ਦੀ ਗੱਡੀ 0084 ਧੰਨ ਧੰਨ ਹੋਈ ਪਈ ਠੰਡ ਦੇ ਵਿੱਚ ਪੀ ਵੀ 24 ਹੋਈ ਪਈ ਆ ਬਸ ਆ 2-3 ਮਹੀਨੇ ਹੁਣ ਬਾਅਦ ਰੌਣਕ ਮਿਲੇ ਆ ਮਾਰਚ ਤੱਕ ਸਾਡੇ ਗੜ੍ਹ ਸ਼ੰਕਰ 'ਚ ਮੇਲਾ ਰੋਸ਼ਨੀ ਹੋ ਗਿਆ ਸ਼ੁਰੂ ਮੋਹਰੇ ਆਪਣੇ ਸ਼ਿਵਰਾਤਰੀ ਪੰਜਾਬ ਦੀ ਸਭ ਤੋਂ ਵੱਡੀ ਸ਼ਿਵਰਾਤਰੀ ਗੜ੍ਹ ਸ਼ੰਕਰ ਧੰਨ ਧੰਨ ਹੋ ਜਾਣੀ ਆ ਇੱਕ ਵਾਰੀ ਨਜ਼ਾਰੇ ਲਾ ਜਾਣੇ ਆ ਹੁਣ ਨਜ਼ਾਰੇ ਆਈ ਜਾਣੇ ਆ ਚੰਗਾ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਹੁਣ ਡਰਾਈਵਰ ਕਾਂਬੇ ਤੋਂ ਕਾਂਬਾ ਗਿਆ ਠੰਡ ਦੀ ਆਉਂਦੀ ਆ ਉਹਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।